ज्यादा भर्ती तो सारी 10 तो बाद ही हुई 10 11 पोस्टिंग किथे अपनी इंग्लिश दफ्तर ਤੁਸੀਂ ਬੈਂਸ ਏਸੀ ਕਾਲ ਪਲਾਂਸ ਸਾਰੇ ਸਰ ਦਫਤਰ ਵਾਲੀ ਦਫਤਰ ਹੈ ਜੀ ਸਗਨੂਰ ਦੀ ਦੇਖੋ ਉੱਥੇ ਤਾਂ ਇਹ ਕੋਈ ਸੀ ਵੀ ਯੰਗ ਮੁੰਡਿਆਂ ਨੂੰ ਬਾਹਰ ਲਾਓ ਦੱਸੋ ਤੁਸੀਂ ਉਹਦੇ ਨਹੀਂ ਨਹੀਂ ਇਹ ਤਾਂ ਸੀਨੀਅਰ ਹੋ ਗਏ ਜੀ ਹੁਣ ਤੇ ਦਫਤਰ ਆ ਚ ਲੱਗ ਸਕਦੇ ਕਿੱਥੇ ਪੋਸਟਿੰਗ ਹੈ ਹਰਬੰਸ ਆਪਣੀ ਮੇਰੀ ਸਰ ਪੀਐਸ ਚੀਮਾ ਸਰ ਪੀਐਸ ਚੀਮਾ ਹਾਂਜੀ ਤੁਹਾਡੀ ਪੀਐਸ ਦੇੜਵਾ ਸਰ ਚਲੋ ਇਹ ਥਾਣੇ ਦਾ ਸਟਾਫ ਹੈ ਨਾ ਹਾਂਜੀ ਉੱਥੇ ਦਫਤਰ ਉਹ ਤਾਂ ਫਿਰ ਇਕੱਠੇ ਹੋ ਜਾਂਦੇ ਤੇ ਕੋਈ ਗੱਲ ਦੱਸਣੀ ਚਾਹੁੰਦੇ ਹੋ ਜਾਂ ਕੋਈ ਆਪ ਸ਼ੇਅਰ ਕਰਨਾ ਚਾਹੁੰਦੇ ਹੋ ਕਦੋਂ ਭਰਤੀ ਕਦੋਂ ਹੋਈ ਤੁਹਾਡੀ ਵਰਕਰ 2011 ਸਰ 11 ਦੇ ਕਾਫੀ ਹੈ 2011 ਬੈਸਟ ਸਰ ਇੰਟਰ ਤੇ ਲੋਰ ਪਾਸ ਨੇ ਜਿਹੜੇ ਸਰ ਵੱਧ ਤੋਂ ਵੱਧ ਥਾਣੇ ਚ ਲਗਾਏ ਇੰਟਰ ਪਾਸ ਤੇ ਲੋਰ ਪਾਸ ਇਹ ਸਰ ਕੋਰਸ ਕਰਕੇ ਸਰ ਜਿਵੇਂ ਜੀਆਰਪੀ ਭਜਦੇ ਆ ਜੀ ਬੰਦ ਕੀਤਾ ਹੈ ਥਾਣਿਆਂ 'ਚ ਆਈਓਸ ਦੀ ਸ਼ਾਰਟੇਜ ਜਿਹੜੇ ਸਰ ਹੈਗੇ ਉਹਨਾਂ ਤੇ ਲੋਡ ਪੈਂਦਾ ਇਹ ਕਹਿਣਾ ਚਾਹੁੰਦੇ ਹੁਣ ਸਰ ਮੈਂ ਇੰਟਰ ਪਾਸ ਸਰ ਮੇਰੇ ਤੇ ਲੋਡ ਬਹੁਤ ਆ ਜੀ ਇਸ ਗੱਲ ਦਾ ਹੁਣ ਜਿਹੜੇ ਪੁਰਾਣੇ ਸਰ ਥਾਣੇਦਾਰ ਹੈ ਜਿਹੜੇ ਸਰ 11-12 ਦੇ ਭਰਤੀ ਆ ਉਹਨੂੰ ਥਾਣਿਆਂ 'ਚ ਲਾਇਆ ਜਾਵੇ ਤਾਂ ਕਿ ਜਿਹੜੀ ਈ ਸ਼ਿਕਸ਼ਾ ਐਪ ਹੈ ਉਹ ਪੁਰਾਣੇ ਬੰਦੇ ਨੂੰ ਪ੍ਰੋਬਲਮ ਨਾ ਹੋਵੇ ਚਲਾਉਣਾ ਅੱਧੇ ਤਾਂ ਐਂ ਭੱਜ ਰਹੇ ਪੈਂਚਰ ਸਰ ਇਹਦੀ ਸਦਾਰੀ ਨਹੀਂ ਈ ਸੱਚ ਵੈਸੇ ਤਾਂ ਸੌਖੀ ਬੜੀ ਸੌਖੀ ਹੈ ਯਾਰ ਹਾਂਜੀ ਇੱਕ ਵਾਰੀ ਡਾਊਨਲੋਡ ਕਰ ਲਓ ਉਸ ਤੋਂ ਬਾਅਦ ਤੇ ਸਰ ਇਸੇ ਤਰ੍ਹਾਂ ਲੋਰ ਪਾਸ ਸਰ ਜਿੰਨੇ ਵੀ ਸਰ ਕਰਕੇ ਆਉਂਦੇ ਨੇ ਸਰ ਉਹ ਦਫਤਰਾਂ 'ਚ ਜਾਂ ਡੈਪੂ ਪਿੱਛੇ ਚਲੇ ਜਾਂਦੇ ਨੇ ਇਹ ਹੁਣ ਜਾਂਦੇ ਨੇ ਸਰ ਵੀ ਉਹਨਾਂ ਦੀ ਜਿੰਨੀ ਪੋਸਟਿੰਗ ਆ ਵੀ ਵੱਧ ਤੋਂ ਵੱਧ ਥਾਣਾ ਵੀ ਕਰਵਾਈ ਜਾ ਰਹੀ ਹਾਂ ਇਨਵੈਸਟੀਗੇਸ਼ਨ ਦਾ ਜਿਹੜਾ ਮਿਆਰ ਉੱਚਾ ਹੋਵੇ ਥਾਣਿਆਂ ਤੇ ਵੈਸੇ ਪ੍ਰੈਸ਼ਰ ਕਾਫੀ ਹੈ ਹਾਂਜੀ ਸਰ ਇਹਦੇ ਕਰਕੇ ਮੁਲਾਜ਼ਮ ਥਾਣੇ 'ਚ ਘੱਟ ਜਾਂਦੇ ਨੇ ਜੀ ਤੇ ਜਿਹੜੇ ਹੁੰਦੇ ਆ ਉਹਨਾਂ ਤੇ ਪ੍ਰੈਸ਼ਰ ਜ਼ਿਆਦਾ ਹੁੰਦਾ ਜ਼ਿਆਦਾ ਹਾਂਜੀ ਇਹ ਵੈਸੇ ਆ ਸਿਸਟਮ ਠੀਕ ਹੈ ਜਿਹੜਾ ਆਪਾਂ ਹੁਣ 70-25-5 ਕੀਤਾ ਹੈ 70% ਸੀਨੀਓਰਟੀ ਤੋਂ 25 B1 ਤੋਂ ਸਿਰਫ 25% ਹੀ ਹੈ ਜੀ ਸਰ ਵਧੀਆ ਜੀ ਬਾਬਾ ਪਹਿਲੇ ਤਾਂ ਸਿਰਫ B1 ਤੇ ਹੁੰਦਾ ਸੀ ਤੇ ਜੀਓ ਐਂਡ ਜੀਓਸ ਮਿਕਸ ਹੈ ਗਣੇ ਗਗਨਦੀਪ ਤੁਸੀਂ ਕਿੱਥੇ ਪੋਸਟ ਹੋ ਸਰ ਮੈਂ ਸਿਕਿਉਰਿਟੀ ਇੰਚਾਰਜ ਡਿਸਟ੍ਰਿਕਟ ਮਲੇਰਕੋਟ ਸਾਰੇ ਮਲੇਰਕੋਟ ਲੱਗੇ ਸਰ 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 ਪ੍ਰੋਵੇਸ਼ਨ ਸਾਰੇ ਬੈਚ ਤੋਂ ਪਹਿਲਾਂ ਸੱਚ ਲੱਗਿਆ ਸੀ ਅੰਡਰ ਐਸਐਸਪੀ ਤੋਂ ਹੋ ਗਿਆ ਸਰ ਅੱਛਾ ਸਿਟੀ ਨੰਬਰ ਬਟ ਸਰ ਹੁਣ ਐਸਐਚਓ ਲੱਗਣ ਦਾ ਦਿਲ ਨਹੀਂ ਕਰਦਾ ਸਰ ਫੋਰਸ ਥਾਣੇ 'ਚ ਹੈ ਨਹੀਂ ਜੀ ਦੋ ਐਨਜੀਓ ਨੇ ਸਾਰੇ ਦੀ ਅਹੀ ਤਾਂ ਹੀ ਅਸੀਂ ਕੀਤਾ ਨਾ ਕਿ ਜਿਹੜੇ 10,000 ਪੋਸਟਾਂ ਅਸੀਂ ਹੋਰ ਇੱਕ ਤੇ ਕ੍ਰੀਏਟ ਕਰ ਮਲੇਰਕੋਟਲਾ ਨੂੰ ਸਪੈਸ਼ਲ ਅਟੈਂਸ਼ਨ ਦੇ ਰਹੇ ਹਾਂ ਤੁਹਾਡੀ ਬੇਨਤੀ ਹੈ ਹਾਂਜੀ ਜਦੋਂ ਤੱਕ ਸਰ ਨਵੀਂ ਫੋਰਸ ਸਾਹਮਣੇ ਨਹੀਂ ਆਉਂਦੀ ਸਰ ਹਾਂਜੀ ਤਦ ਤੱਕ ਸਰ ਜਿਹੜੇ ਅਦਰ ਡਿਸਟ੍ਰਿਕਟ ਦੇ ਸਰ ਉਹਨਾਂ ਤੋਂ ਸਰ ਸਾਨੂੰ ਥੋੜੇ ਥੋੜੇ ਫੋਰਸ ਲੈ ਕੇ ਦਿੱਤੀ ਜਾਵੇ ਸਰ ਡੀਆਈ ਸਾਹਿਬ ਇਹਨਾਂ ਦੀ ਪ੍ਰੋਬਲਮ ਹੱਲ ਕਰੋ ਸਰ ਜਦੋਂ ਸਿਕਿਉਰਿਟੀ ਪ੍ਰੋਗਰਾਮ ਤੇ ਕੋਈ ਜਾਰੀ ਕਰਦੇ ਆ ਸਰ ਉਹ 'ਚ ਵੀ ਇਹ ਹੁੰਦਾ ਵੀ ਇਹ ਕਿੱਦਾਂ ਐਡਜਸਟ ਕਰੀਏ ਸਹੀ ਜਗ੍ਹਾ ਵੱਧ ਹੁੰਦੀ ਹੈ ਸਰ ਸਾਰਾ ਜ਼ਿਲ੍ਹਾ ਹੈ ਬਸ ਅਸੀਂ ਸਰ ਆਪਣੇ ਬ੍ਰਾਂਚਾਂ ਚੋਂ ਐਸਸੀ ਬ੍ਰਾਂਚ ਚੋਂ ਸਿਕਿਉਰਿਟੀ ਬ੍ਰਾਂਚ ਚੋਂ ਸੋਚੋ ਵੀ ਸਰ ਫੋਰਸ ਘੱਟ ਘੱਟ ਕੇ ਲਾਉਣੀ ਪੈਂਦੀ ਉੱਥੇ ਵੀ ਸਰ ਨਾਮ ਪਤਾ ਵੈਸੇ ਹੀ ਫੋਰਸ ਸਰ ਕਰਦੇ ਬੇਬੀ ਸਿੱਖ ਤੇ ਮੈਨੂੰ ਲੱਗਦਾ ਜਿਹੜਾ 73-27 ਦੀ ਵੰਡ ਹੋਈ ਸੀ ਨਾ ਜੀ ਉਹ ਪ੍ਰੋਪਰ ਹੋਈ ਨਹੀਂ ਨਹੀਂ ਸਰ ਪ੍ਰੋਪਰ ਇੱਕ ਸਰ ਬੇਨਤੀ ਸੀ ਸਰ ਸਰ ਨੇ ਜਿਵੇਂ ਜੀ ਪਿੱਛੇ ਸਾਨੂੰ ਸਰਟੀਫਿਕੇਟ 25-25 ਹਜ਼ਾਰ ਸਰ ਜ਼ਿੰਦਗੀ 'ਚ ਪਹਿਲੀ ਵਾਰ ਹੋ ਗਿਆ ਸਰ ਇਹ ਲੁਧਿਆਣਾ ਦਾ ਰਿਵਾਰਡ ਦਿੱਤਾ ਸੀ ਲੁਧਿਆਣਾ ਦੀ ਉਹਨਾਂ ਦੇ ਸਿਰ 3 ਪੈਂਡਿੰਗ ਨੇ ਸਰ ਉਹ ਲੇਟੈਸਟ ਚਲੋ ਨਹੀਂ ਤੁਹਾਡਾ ਫੋਰਸ ਤਾਂ ਕਰਾਂਗੇ ਜੀ ਥੈਂਕ ਯੂ ਸਰ।